ਅਮਦ ਅਲ ਹਲੋ ਕਿੱਥੇ ਹੋ ਸੁਰਿੰਦਰ ਮਨੰਦੀ ਇਸ ਪੁਸਤਕ ਦਾ ਤੀਸਰਾ ਅੰਗ ਹੈ ਸੁਪਨਾ ਇਹ ਸੰਸਾਰ ਬਚਿੱਤਰ ਸਿੰਘ ਸੱਚਮੁੱਚੀ ਬਚਿੱਤਰ ਸੀ ਆਪਣੇ ਸੁਭਾਅ ਗੱਲਬਾਤ ਦੇ ਢੰਗ ਤੇ ਵਿਹਾਰ ਤੋਂ ਗੱਲਾਂ ਕਰਦੇ ਹੋਏ ਅਚਾਨਕ ਇੰਨੀ ਜ਼ੋਰ ਨਾਲ ਖਿੜਖੜਾ ਕੇ ਹੱਸਦਾ ਕਿ ਮੈਂ ਹੈਰਾਨ ਹੋ ਜਾਂਦਾ ਫਿਰ ਉਹ ਆਪ ਮੁਹਾਰੀ ਮੁਸਕਰਾ ਪੈਂਦਾ ਉਹਦੀ ਉੱਚੀ ਸਾਰੀ ਹੱਸਣ ਕਰਕੇ ਨਹੀਂ ਬਲਕਿ ਇਸ ਦੋਵਿਧਾ ਕਾਰਨ ਕਿ ਸ਼ਾਇਦ ਮੈਂ ਉਹਦੀ ਗੱਲਬਾਤ ਦੇ ਉਸ ਨੁਕਤੇ ਨੂੰ ਨਹੀਂ ਸਮਝ ਸਕਿਆ ਜਿਸ 'ਚ ਇਹ ਨਾ ਹਾਸਾ ਲੁਕਿਆ ਹੋਇਆ ਸੀ ਜਾਂ ਕੋਈ ਐਡਾ ਮਜ਼ਾਕੀਆ ਅੰਸ਼ ਮੌਜੂਦ ਸੀ ਜਿਹਨੂੰ ਮੈਂ ਨਾ ਸੁਣ ਸਕਿਆ ਪਰ ਅਸਲ ਵਿੱਚ ਜਈ ਕੋਈ ਗੱਲ ਨਹੀਂ ਸੀ ਹੁੰਦੀ ਇਹ ਮਹਿਜ਼ ਬਚੱਤਰ ਸਿੰਘ ਦੀ ਬਚੱਤਰ ਆਦਤ ਸੀ ਗੰਭੀਰਤਾ ਨਾਲ ਹੋ ਰਹੀ ਗੱਲਬਾਤ ਦੌਰਾਨ ਵੀ ਅਚਾਨਕ ਉਹ ਖਿੜਖਿੜ ਕੇ ਹੱਸ ਪੈਂਦਾ ਕਈ ਵਾਰ ਤਾਂ ਇਸੇ ਕਾਰਨ ਹੋ ਰਹੀ ਗੱਲਬਾਤ ਦਾ ਰੁਖ ਹੀ ਬਦਲ ਜਾਂਦਾ ਮੇਰੀ ਕਾਗਰਤਾ ਭੰਗ ਹੋ ਜਾਂਦੀ ਤੇ ਜਿਨ੍ਹਾਂ ਨੁਕਤਿਆਂ ਨੂੰ ਫੜ-ਫੜ ਕੇ ਮੈਂ ਖਾਕਾ ਬਣਾਉਣ ਚ ਮਗਨ ਹੁੰਦਾ ਉਹ ਸਾਰੇ ਨੁਕਤੇ ਖਿੱਲਰ ਜਾਂਦੇ ਮੈਨੂੰ ਬੜੀ ਕੋਫਤ ਹੁੰਦੀ ਇਹ ਸਵਾਰਵੀ ਜਦੋਂ ਇੰਜ ਹੀ ਹੋਇਆ ਤਾਂ ਮੈਂ ਬੜੀ ਬੇਸਬਰੀ ਨਾਲ ਉਹਦਾ ਧਿਆਨ ਮੁੱਦੇ ਵੱਲ ਖਿੱਚਦੇ ਹੋਏ ਕਿਹਾ ਮਤਲਬ ਅਸਲੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਮਾਸਕੋ ਤੋਂ ਯੂਕਰੇਨ ਲਈ ਰਵਾਨਾ ਹੋਈ ਹਾਂਜੀ ਵੀਰ ਜੀ ਮਾਸਕੋ ਚ 14 ਦਿਨ ਤੱਕ ਉਡੀਕ ਕਰਨ ਤੋਂ ਬਾਅਦ ਡੌਂਕੀ ਲੱਗੀ ਸੀ ਯੂਕਰੇਨ ਦੀ 72 ਫਿਰ ਤੋਂ ਮੁੱਖ ਮੁੱਦ ਮੁੱਦੇ ਵੱਲ ਮੁੜ ਆਇਆ ਸੀ ਕਾਰ ਦੀ ਸਪੀਡ ਵਧਾਉਂਦਿਆਂ ਹੋਇਆਂ ਉਹਨੇ ਦੱਸਿਆ ਵੈਂਚ ਚਾਰੇ ਪਾਸਿਓਂ ਬੰਦ ਅਸੀਂ ਦਿਨ ਰਾਤ ਸਫਰ ਕਰਦੇ ਰਹੇ ਕਦੋਂ ਦਿਨ ਛੜਿਆ ਕਦੋਂ ਰਾਤ ਹੋਈ ਸਾਨੂੰ ਕੁਝ ਪਤਾ ਨਹੀਂ ਇੱਕ ਥਾਂ ਸਾਨੂੰ ਥੱਲੇ ਉਤਾਰ ਦਿੱਤਾ ਗਿਆ ਜਿੱਥੋਂ ਅੱਗੇ ਦਾ ਰਸਤਾ ਸਾਨੂੰ ਸਾਰੀ ਰਾਤ ਪੈਦਲ ਚੱਲ ਕੇ ਪਾਰ ਕਰਨਾ ਪਿਆ ਇਸ ਤਰ੍ਹਾਂ ਸੀ ਯੂਕਰੇਨ ਦੀ ਸਰਹੱਦ ਪਾਰ ਕੀਤੀ ਡੋਂਕੀ ਸ਼ਬਦ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਸੀ ਇੱਕ ਦੇਸ਼ ਤੋਂ ਦੂਜੇ ਦੇਸ਼ ਦੀ ਸਰਹੱਦ ਅੰਦਰ ਮਨੁੱਖੀ ਤਸਕਰੀ ਵਾਸਤੇ ਸ਼ਬਦ 에ਜੰਟਾਂ ਵੱਲੋਂ ਕੋਡ ਵਾਂਗ ਵਰਤਿਆ ਜਾਂਦਾ ਸੀ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਅੰਦਰ ਦਾਖਲ ਹੋਣ ਲਈ ਟੋਲੀ 'ਚ ਸ਼ਾਮਲ ਲੋਕਾਂ ਦਾ ਗੁਪਤ ਰੂਪ 'ਚ ਸਫ਼ਰ ਆਰੰਭ ਹੁੰਦਾ ਕਿਹਾ ਜਾਂਦਾ ਉਹਨਾਂ ਦੀ ਡਾਂਕੀ ਲੱਗ ਗਈ ਸਰਹੱਦ ਪਾਰ ਕਰਕੇ ਕਿਹੜਾ ਰਾਹ ਲੈਣਾ ਸੀ ਕੀਪਵਾਲਾ ਮੈਂ ਪੁੱਛਿਆ ਤੇ ਕਾਰ ਦਾ ਸ਼ੀਸ਼ਾ ਉੱਪਰ ਚੜਾਉਣ ਲੱਗਾ ਕਿਉਂਕਿ ਉਸ ਥੋੜੀ ਜਿਹੀ ਚੀਤ ਕਾਰਨ ਹਵਾ ਦੀ ਸ਼ਾਂ ਸ਼ਾਂ ਸੀਟੀਆਂ 'ਚ ਬਦਲ ਰਹੀ ਸੀ ਹਾਂਜੀ ਕੀਪਵਾਲਾ ਬਚਿੱਤਰ ਨੇ ਫੇਰ ਮਤਲਬੇ ਮਤਲਬ ਹੱਸਦੇ ਹੋਏ ਦੱਸਿਆ ਉੱਥੇ ਪਹੁੰਚਣ ਲਈ ਏਜੰਟਾਂ ਨੇ ਸਾਨੂੰ ਮਿਲਟਰੀ ਜੈਕਟਾਂ ਪੁਆਤੀਆਂ ਸੀ ਪਰ ਥੋੜੀ ਦੂਰੀ ਗਏ ਸੀ ਕਿ ਸਾਹਮਣੇ ਉਹਨਾਂ ਦੀ ਮਿਲਟਰੀ ਦੇ ਜਵਾਨ ਆਉਂਦੇ ਹੋਏ ਦਿਸ ਪਏ ਏਜੰਟ ਸਾਨੂੰ ਛੱਡ ਕੇ ਭੱਜ ਗਏ ਅਸੀਂ ਵੀ ਜੰਗਲਵਲ ਦੌੜ ਪਏ ਸਾਰੀ ਰਾਤ ਜੰਗਲ 'ਚ ਲੁਕੇ ਰਹੇ ਸਵੇਰੇ ਜਦੋਂ ਥੋੜਾ ਜਿਹਾ ਚਾਨਣ ਹੋਇਆ ਵੇਖਿਆ ਕਿ ਨੇੜੇ ਇੱਕ ਨਦੀ ਵਹਿ ਰਹੀ ਸੀ ਅਸੀਂ ਨਦੀ ਵਿੱਚ ਘਾਰ ਇੱਕ ਚਟਾਨ ਤੇ ਬੈਠ ਗਏ ਕਿ ਉੱਥੇ ਸੁਰੱਖਿਅਤ ਰਹਾਂਗੇ ਸਾਰਾ ਦਿਨ ਉਸ ਚਟਾਨ ਤੇ ਚੜਕੇ ਬੈਠੇ ਰਹੇ। ਇੰਨੀ ਠੰਡ ਚ ਸਾਰਾ ਦਿਨ ਨਦੀ ਚ ਬੈਠੇ ਰਹੇ ਮੈਂ ਹੈਰਾਨੀ ਨਾਲ ਉਹ ਸਵਾਲ ਵੇਖਿਆ। ਹਾਂਜੀ ਵੀਰ ਜੀ ਠੰਡ ਤੋਂ ਬਚਣ ਲਈ ਤਿੰਨ ਤਿੰਨ ਜੋੜੀਆਂ ਕੱਪੜੇ ਤਾਂ ਪਾਏ ਹੋਏ ਸਨ ਪਰ ਉਹ ਸਾਰੇ ਗਿੱਲੇ ਹੋ ਚੁੱਕੇ ਸੀ। ਸਾਰਾ ਦਿਨ ਬੈਠੇ ਕੰਬਦੇ ਰਹੇ ਪੈਰ ਸੁੰਨ ਹੋ ਚੁੱਕੇ ਸੀ। ਹੱਥਾਂ ਦੀਆਂ ਉਂਗਲੀਆਂ ਆਕੜ ਚੁੱਕੀਆਂ ਸੀ। ਪਿਛਲੇ 2 ਦਿਨਾਂ ਤੋਂ ਆਪਣੇ ਬੋਝਿਆਂ ਚ ਪਈ ਉੱਲੀ ਲੱਗੀ ਡਬਲ ਰੋਟੀ ਤੋਂ ਬਗੈਰ ਹੋਰ ਕੁਝ ਖਾਦਾ ਵੀ ਨਹੀਂ ਸੀ। ਸਾਲੇ ਕੋਈ ਗੱਲ ਯਾਦ ਕਰਕੇ ਉਹ ਫਿਰ ਖਿੜਖੜਾ ਕੇ ਹੱਸਿਆ ਤਾਂ ਫਿਰ ਕੀਪ ਕਿਵੇਂ ਪਹੁੰਚੇ ਬਚਤਰ ਸਿਰ ਝਟਕੇ ਕੋਈ ਦੂਜਾ ਕਿੱਸਾ ਛੇੜਨ ਵਾਲਾ ਸੀ ਕਿ ਮੈਂ ਤੁਰੰਤ ਉਹਨੂੰ ਟੋਕਿਆ ਜਦੋਂ ਰਾਤ ਪਈ ਤਾਂ ਦੂਰ ਸਾਨੂੰ ਟਾਰਚ ਦੀ ਰੋਸ਼ਨੀ ਦਿਸੀ ਅਸੀਂ ਡਰ ਗਏ ਤੇ ਫਿਰ ਪਾਣੀ 'ਚ ਵੜ ਗਏ ਪਰ ਉਹ 에ਜੰਟ ਦਾ ਬੰਦਾ ਸੀ ਉਹਨੇ ਸਾਨੂੰ ਬਾਹਰ ਆਉਣ ਲਈ ਕਿਹਾ ਤੇ ਸਾਨੂੰ ਨਾਲ ਲੈ ਕੇ ਚੱਲ ਪਿਆ ਦੋ ਢਾਈ ਘੰਟੇ ਚੱਲਣ ਤੋਂ ਬਾਅਦ ਅਸੀਂ ਉਸ ਜਗ੍ਹਾ ਪਹੁੰਚੇ ਜਿੱਥੇ ਇੱਕ ਟਰੱਕ ਖੜਾ ਸੀ ਏਜੰਟ ਨੇ ਸਾਨੂੰ ਟਰੱਕ 'ਚ ਚੜਾਤਾ ਸੀ ਸਾਰੇ ਨੇ ਢਾਲ ਹੋ ਕੇ ਟਰੱਕ 'ਚ ਪੈ ਗਏ ਪਤਾ ਨਹੀਂ ਕਦੋਂ ਤੱਕ ਟਰੱਕ ਚੱਲਦਾ ਰਿਹਾ ਜਦੋਂ ਟਰੱਕ ਰੁਕਿਆ ਤਾਂ ਅਸੀਂ ਹੀਠਾਂ ਉਤਰੇ ਅਸੀਂ ਕੀ ਪਹੁੰਚ ਚੁੱਕੇ ਸੀ ਅਚਾਨਕ ਡੈਸ਼ਬੋਰਡ ਉੱਤੇ ਰੱਖੇ అలਾਰਮ ਵਿੱਚੋਂ ਮੱਝ ਦੇ ਜ਼ੋਰ ਨਾਲ ਰੰਬਾਉਣ ਦੀ ਆਵਾਜ਼ ਨਿਕਲੀ ਖੁੱਲੀ ਖਾਲੀ ਸੜਕ ਉੱਤੇ ਕਾਰ ਫਰਾਟੇ ਮਾਰਦੀ ਹੋਈ ਦੌੜੇ ਜਾ ਰਹੀ ਸੀ అలਾਰਮ ਦੀ ਆਵਾਜ਼ ਸੁਣ ਕੇ ਬਚਤਰ ਨੇ ਕਾਰ ਦੀ ਸਪੀਡ ਘਟਾ ਦਿੱਤੀ ਇਹ అలਾਰਮ ਉਹਨੇ ਫਿਕਸ ਸਪੀਡ ਦੇ ਕੈਮਰਿਆਂ ਤੋਂ ਬਚਣ ਲਈ ਲਾਇਆ ਹੋਇਆ ਸੀ ਦੋ ਵਾਰ ਚਲਾਨ ਕੱਟ ਚੁੱਕਿਆ ਹੈ ਹੁਣ ਗੋਰਿਆਂ ਨੂੰ ਮੌਕਾ ਨਹੀਂ ਦੇਣਾ ਉਹਨੇ ਹੱਸਦੇ ਹੋਏ ਕਿਹਾ ਮੈਂ ਵੀ ਹੱਸ ਪਿਆ అలਮ ਵਿੱਚ ਰੰਬਾਉਣ ਦੀ ਆਵਾਜ਼ ਭਰਨ ਪਿੱਛੇ ਬਚਿੱਤਰ ਦਾ ਤਰਕ ਸੀ ਕਿ ਦਿਨ ਚ ਕਈ ਵਾਰੀ ਆਵਾਜ਼ ਸੁਣ ਕੇ ਉਹਨੂੰ ਲੱਗਦਾ ਹੈ ਕਿ ਉਹ ਆਪਣੇ ਪਿੰਡ ਤੋਂ ਵੱਖ ਨਹੀਂ ਹੋਇਆ ਪਿੰਡ ਅਜੇ ਵੀ ਉਹਦੇ ਆਸ-ਪਾਸ ਹੀ ਹੈ ਅਸੀਂ ਸਾਊਥ ਹੈਮਪਟਨ ਜਾ ਰਹੇ ਸੀ ਬਚਿੱਤਰ ਮੈਨੂੰ ਉਸ ਜਗ੍ਹਾ ਲੈ ਕੇ ਜਾ ਰਿਹਾ ਸੀ ਜਿਸ ਰਸਤੇ ਥਾਣੀਓ 3 ਸਾਲ ਪਹਿਲਾਂ ਗੈਨ ਕਾਨੂੰਨੀ ਢੰਗ ਨਾਲ ਯੂਕੇ ਯੂਨਾਈਟਿਡ ਕਿੰਗਡਮ ਦਾ ਬਾਰਡਰ ਟੱਪਿਆ ਸੀ ਜਾਂ ਉਸ ਵਰਗੇ ਹੋਰ ਜਾਂਬਾਜ਼ ਜਿਸ ਰਸਤੇ ਥਾਣੀ ਆਪਣੇ ਸੁਪਨਿਆਂ ਦੇ ਦੇਸ਼ ਪਹੁੰਚਦੇ ਸਨ ਪਰ ਮਾਸਕੋ ਤੋਂ ਚੱਲ ਕੇ ਯੂਕੇ ਦੇ ਬਾਰਡਰ ਤੱਕ ਪਹੁੰਚਣ ਦੀ ਉਹਦੀ ਯਾਤਰਾ ਇੰਨੀ ਰੋਮਾਂਚ ਭਰੀ ਤੇ ਖਤਰਨਾਕ ਸੀ ਕਿ ਜਦੋਂ ਮੈਂ ਉਹਨੂੰ ਪੁੱਛਿਆ ਕਿ ਉਹਨੇ ਪਹਿਲਾਂ ਇਹਨਾਂ ਖਤਰਿਆਂ ਬਾਰੇ ਕਿਉਂ ਨਹੀਂ ਸੋਚਿਆ ਤਾਂ ਉੱਚੀ ਸਾਰੀ ਹੱਸਦਿਆਂ ਉਹਨੇ ਕਿਹਾ ਕੋਈ ਵੀ ਸੋਚਣ ਸਮਝਣ ਵਾਲਾ ਆਦਮੀ ਭਲਾ ਜਿਹਾ ਕਦਮ ਕਿਉਂ ਚੁੱਕੇਗਾ ਤੇ ਅਜਿਹੀ ਕੰਮ ਲਈ ਸੋਚਣ ਦੀ ਨਹੀਂ ਜਨੂਨ ਦੀ ਲੋੜ ਹੁੰਦੀ ਹੈ ਇਹ ਸੁਣ ਕੇ ਮੈਂ ਲਾਜਵਾਬ ਹੋ ਗਿਆ ਸੀ ਪੰਜਾਬ ਤੋਂ ਯੂਕੇ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਉੱਤੇ ਕੇਂਦਰਿਤ ਆਪਣੀ ਫਿਲਮ ਦੀ ਰੈਕੀ ਲਈ ਪਿਛਲੇ ਦਿਨੀ ਮੈਂ ਜਿੱਥੇ-ਜਿੱਥੇ ਵੀ ਗਿਆ ਤੇ ਵੱਖ-ਵੱਖ ਤਰ੍ਹਾਂ ਦੇ ਜੁਝਾਰੂਆਂ ਨੂੰ ਮਿਲਿਆ ਉਹਨਾਂ ਦਾ ਲਗਭਗ ਇਹੀ ਅੰਦਾਜ਼ ਮੈਨੂੰ ਵੇਖਣ ਨੂੰ ਮਿਲਿਆ ਸੀ ਮੈਂ ਇਸੇ ਰਹਸ ਦੀਆਂ ਪਰਤਾਂ ਖੋਲਣ ਤੇ ਉਹਨਾਂ ਨੂੰ ਸਮਝਣ ਦਾ ਯਤਨ ਕਰ ਰਿਹਾ ਸਾਂ ਇੰਗਲਿਸ਼ ਚੈਨਲ ਵੀ ਇਸੇ ਕਰਕੇ ਵੇਖਣਾ ਚਾਹੁੰਦਾ ਸੀ ਕਿਉਂਕਿ ਇਹੀ ਉਹ ਜਗ੍ਹਾ ਸੀ ਜਿੱਥੋਂ ਸਾਰੇ ਗੈਰ ਕਾਨੂੰਨੀ ਢੰਗ ਨਾਲ ਯੂਕੇ ਚ ਦਾਖਲ ਹੁੰਦੇ ਸਨ ਤੇ ਫਿਰ ਕੀਪ ਵਿੱਚ ਰਹੇ ਕਿਥੇ ਮੈਂ ਗੱਲਬਾਤ ਦਾ ਸਿਲਸਿਲਾ ਜੋੜਦੇ ਹੋਏ ਪੁੱਛਿਆ ਕੀਪ ਵਿੱਚ ਤਿੰਨ ਦਿਨ ਤੱਕ ਅਸੀਂ ਕਮਰੇ ਚ ਹੀ ਬੰਦ ਰਹੇ ਬਚਿੱਤਰ ਨੇ ਦੱਸਿਆ ਦਿਨ ਚ ਇੱਕ ਵਾਰ ਦਰਵਾਜ਼ਾ ਖੁੱਲਦਾ ਕੋਈ ਖਾਣ ਪੀਣ ਦੇ ਸਮਾਨ ਵਾਲਾ ਕੰਟੇਨਰ ਅੰਦਰ ਸਰਕਾ ਕੇ ਦਰਵਾਜ਼ਾ ਬੰਦ ਕਰ ਦਿੰਦਾ ਤੀਜੇ ਦਿਨ ਸ਼ਾਮ ਨੂੰ ਸਾਨੂੰ ਬਾਹਰ ਕੱਢਿਆ ਗਿਆ ਉੱਥੇ ਲੱਕੜੀਆਂ ਨਾਲ ਲੱਦਿਆ ਇੱਕ ਟਰੱਕ ਖੜਾ ਸੀ ਪੌੜੀ ਲਾ ਕੇ ਸਾਨੂੰ ਉੱਤੇ ਚੜਾਇਆ ਗਿਆ ਤਾਂ ਵੇਖਿਆ ਕਿ ਲੱਕੜਾਂ ਦੇ ਵਿੱਚ ਕਾਰ ਜਗ੍ਹਾ ਖਾਲੀ ਸੀ ਸਾਨੂੰ ਉਸ ਖਾਲੀ ਜਗ੍ਹਾ 'ਚ ਭਰ ਕੇ ਉੱਤੋਂ ਫੇਰ ਲੱਕੜਾਂ ਟਿਕਾ ਦਿੱਤੀਆਂ ਗਈਆਂ ਹੁਣ ਅਗਲਾ ਸਫ਼ਰ ਸ਼ੁਰੂ ਹੋਇਆ ਟਰੱਕ ਸਾਰੀ ਰਾਤ ਚੱਲਦਾ ਰਿਹਾ ਬਚਿੱਤਰ ਦੀ ਆਵਾਜ਼ ਮੇਰੇ ਕੰਨਾਂ ਨਾਲ ਟਕਰਾ ਰਹੀ ਸੀ ਸੜਕ ਉੱਤੇ ਟਿਕੀਆਂ ਮੇਰੀਆਂ ਅੱਖਾਂ 'ਚ ਵੱਖ-ਵੱਖ ਤਰ੍ਹਾਂ ਦੇ ਦ੍ਰਿਸ਼ ਬਣ ਮਿਟ ਰਹੇ ਸਨ ਸੜਕ 'ਤੇ ਇੱਕ ਲੰਬੀ ਕਾਲੀ ਜੀਪ ਦੀ ਤਰ੍ਹਾਂ ਤੇਜ਼ੀ ਨਾਲ ਕਾਰ ਦੇ ਜਿਵਾੜਿਆਂ 'ਚ ਸਮਾ ਰਹੀ ਸੀ ਤੇ ਉਸੇ ਸਵੇਰ ਨਾਲ ਪਲ-ਪਲ ਚੋਂ ਦ੍ਰਿਸ਼ ਵੀ ਬਦਲ ਰਹੇ ਸਨ ਮੈਂ ਵੇਖ ਰਿਹਾ ਸੀ ਕਿ ਲੱਕੜਾਂ ਨਾਲ ਭਰੇ ਉਸ ਟਰੱਕ 'ਚ ਕਿਵੇਂ ਵੱਖ-ਵੱਖ ਦੇਸ਼ਾਂ ਦੇ 15 ਵਿਅਕਤੀ ਸਾਰਾ ਦਿਨ ਬਿਨਾਂ ਕੁਝ ਖਾਦਿਆਂ ਪੀਤਿਆਂ ਸੁੰਗੜੇ ਬੈਠੇ ਸਨ ਉਹਨਾਂ ਦੀ ਹਾਲਤ ਜਿਹੀ ਹੋ ਚੁੱਕੀ ਸੀ ਜਿਵੇਂ ਕੁਝ ਹੋਸ਼ ਹੀ ਨਾ ਰਹੀ ਹੋਵੇ ਕਿ ਉਹਨਾਂ ਨੂੰ ਭੁੱਖ ਲੱਗੀ ਆ ਜਾਂ ਨੀਂਦ ਆ ਰਹੀ ਆ ਜਾਂ ਸਰੀਰ 'ਚ ਦਰਦ ਹੋ ਰਿਹਾ ਹੈ ਕੁਝ ਵੀ ਨਿਸ਼ਚਿਤ ਨਾ ਕਰ ਸਕਦੇ ਹੋਣ ਅਜਿਹੀ ਹਾਲਤ ਵਿੱਚ ਹੀ ਉਹਨਾਂ ਨੂੰ ਕਿਸੇ ਜੰਗਲ 'ਚ ਉਤਾਰਿਆ ਜਾਂਦਾ ਹੈ ਟਰੱਕ ਉਹਨਾਂ ਨੂੰ ਛੱਡ ਕੇ ਜਾ ਚੁੱਕਾ ਹੈ ਉੱਥੇ ਹੀ ਪਏ ਰਹਿੰਦੇ ਹੈ ਰਾਤ ਹੋਣ ਤੇ ਦੋ ਆਦਮੀ ਆਉਂਦੇ ਹੈ ਉਹਨਾਂ ਨੂੰ ਚੱਲਣ ਦਾ ਹੁਕਮ ਦਿੰਦੇ ਹੈ ਪਰ ਕੋਈ ਵੀ ਪੈਦਲ ਚੱਲਣ ਦੀ ਹਾਲਤ 'ਚ ਨਹੀਂ ਹੈ ਦੋ ਅਫਗਾਨੀਆਂ ਦੇ ਨਾਲ ਜੋ ਔਰਤਾਂ ਹਨ ਉਹਨਾਂ ਦੀ ਹਾਲਤ ਬਹੁਤ ਵਿਗੜ ਚੁੱਕੀ ਹੈ ਉਹ ਰੋ ਰਹੀਆਂ ਹਨ ਆਦਮੀ ਉਹਨਾਂ ਨੂੰ ਚੇਤਾਵਨੀ ਦਿੰਦੇ ਹਨ ਕਿ ਜੇ ਉਹ ਨਹੀਂ ਚੱਲ ਸਕਦੀਆਂ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਏਗੀ ਸਾਰੇ ਡਿਗਡੇਟਾਂ ਦੇ ਜੰਗਲ ਪਾਰ ਕਰਨ ਲੱਗਦੇ ਹਨ ਇਸੇ ਤਰ੍ਹਾਂ ਚਲਦੇ ਚਲਦੇ ਉਹ ਸਲੋਵਾਕੀਆ ਦੀ ਸਰਹੱਦ 'ਚ ਦਾਖਲ ਹੋ ਜਾਂਦੇ ਹਨ ਆਪਣੀ ਇਸ ਹਾਲਤ ਵਿੱਚ ਵੀ ਉਹ ਇਹ ਸੋਚ ਕੇ ਖੁਸ਼ ਹਨ ਕਿ ਸਲੋਵਾਕੀਆ ਕਿਉਂਕਿ ਯੂਰਪ 'ਚ ਪੈਂਦਾ ਇਸ ਲਈ ਉਹ ਠੀਕ ਰਸਤੇ ਜਾ ਰਹੇ ਹਨ ਵਰਨਾ ਹੁਣ ਤੱਕ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਉਹ ਕਿੱਥੇ ਘੁੰਮ ਰਹੇ ਹਨ ਤੇ ਕਿੱਥੇ ਪਹੁੰਚਣਗੇ ਪਰ ਸਲੋਵਾਕੀਆ ਵਿੱਚ ਖਤਰਾ ਵੀ ਜ਼ਿਆਦਾ ਸੀ ਬਚਤਰ ਨੇ ਦੱਸਿਆ ਉੱਥੇ ਅਗਵਾ ਦੇ ਕੇਸ ਬੜੇ ਹੁੰਦੇ ਸੀ ਅਗਵਾ ਕਰਕੇ ਉਹ ਘਰ ਵਾਲਿਆਂ ਨੂੰ ਟੈਲੀਫੋਨ ਕਰ ਦਿੰਦੇ ਕਿ ਬੰਦਾ ਜਿਉਂਦਾ ਚਾਹੀਦਾ ਹੈ ਤਾਂ ਇੰਨੇ ਯੂਰੋ ਦੇ ਦਿਓ ਪਰ ਸਲਵਾਕੀਆ ਚੀ ਕਿਉਂ ਮੈਂ ਸਵਾਲ ਕੀਤਾ ਕਾਰਨ ਮੈਂ ਸਮਝ ਨਹੀਂ ਸੀ ਸਕਿਆ ਵੀਰ ਜੀ ਕਾਰਨ ਇਹ ਕਿ ਸਲਵਾਕੀਆ ਪਹੁੰਚਣ ਤੋਂ ਬਾਅਦ ਹੀ ਸਾਡਾ ਆਪਣੇ ਨਵੇਂ ਏਜੰਟ ਨਾਲ ਸੰਪਰਕ ਹੁੰਦਾ ਸੀ ਪਹਿਲੇ ਏਜੰਟ ਦਾ ਮਾਸਕੋ ਤੱਕ ਦੂਜੇ ਦਾ ਮਾਸਕੋ ਤੋਂ ਸਲਵਾਕੀਆ ਦਾ ਬਾਰਡਰ ਲੰਘਾ ਕੇ ਕੰਮ ਖਤਮ ਹੋ ਜਾਂਦਾ ਸੀ ਵਿਚਤਰ ਨੇ ਖੁਲਾਸਾ ਕੀਤਾ ਹੁਣ ਨਵੇਂ 에ਜੰਟ ਰਾਈ ਅਸੀਂ ਆਪਣੇ ਘਰ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਸੀ ਪਰਿਵਾਰ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ 3 ਮਹੀਨਿਆਂ ਤੋਂ ਮੁੰਡਾ ਕਿੱਥੇ ਹੈ ਕਿਸ ਹਾਲਤ ਹੈ ਜਿੰਦਾ ਹੈ ਜਾਂ ਮੋਇਆ ਮੈਂ ਕੁਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਸੀ ਇੱਕ ਵਾਰ ਮੈਂ 72 ਵਾਲ ਤੱਕ ਗਿਆ ਤੇ ਚੁੱਪਚਾਪ ਸਿਰ ਹਿਲਾ ਦਿੱਤਾ 15 16 ਦਿਨ ਅਸੀਂ ਉੱਥੇ ਕਿਸੇ ਜਗ੍ਹਾ ਪਈ ਰਹੇ ਇੱਕ ਵੱਡਾ ਸਾਰਾ ਕਮਰਾ ਸੀ ਉਸੇ 'ਚ ਵੀ 25 ਜਣੇ ਸੁੰਗੜੇ सिमਟੇ ਕਿਸੇ ਤਰ੍ਹਾਂ ਰਹਿੰਦੇ ਤੇ ਸੌਂਦੇ ਸਨ ਸਾਲੇ ਬਚਤਰ ਕੁਝ ਯਾਦ ਕਰਕੇ ਹੀ ਹੀ ਕਰਦਾ ਹੋਇਆ ਹੱਸਣ ਲੱਗ ਪਿਆ ਮੈਂ ਉਹਦੇ ਬੋਲਣ ਦੀ ਉਡੀਕ ਕਰਨ ਲੱਗਾ ਸਾਡੀ ਹਾਲਤ ਜਈ ਹੋ ਗਈ ਸੀ ਕਿ ਪੁੱਛੋ ਨਾ ਕੁਝ ਦੇਰ ਬਾਅਦ ਉਹ ਬੋਲਿਆ ਨਹਾਉਣਾ ਤਾਂ ਜਿਵੇਂ ਅਸੀਂ ਭੁੱਲੇ ਚੁੱਕੇ ਸੀ ਕੱਪੜਿਆਂ 'ਚ ਜੂਆਂ ਪੈ ਗਈਆਂ ਸੀ ਕਈਆਂ ਨੂੰ ਚਮੜੀ ਰੋਗ ਹੋ ਗਏ ਕਈਆਂ ਨੂੰ ਹਮੇਸ਼ਾ ਹੀ ਬੁਖਾਰ ਰਹਿੰਦਾ ਸੀ ਕਮਰੇ ਤੋਂ ਬਾਹਰ ਜਾਣ ਦਾ ਹੁਕਮ ਨਹੀਂ ਸੀ ਹੱਗਣਾ ਮੂਤਣਾ ਸਭ ਇੱਕੋ ਜਗ੍ਹਾ ਹੁੰਦਾ ਸੀ ਤੇ ਇੱਕ ਕਮਰੇ 'ਚ ਇੰਨੇ ਸਾਰੇ ਲੋਕ ਉਸੇ ਵੇਲੇ ਅਲਾਰਮ ਵਿੱਚੋਂ ਮੱਝ ਦੇ ਰੰਬਾਉਣ ਦੀ ਆਵਾਜ਼ ਫੇਰ ਗੂੰਜੀ ਬਚਿੱਤਰ ਨੇ ਝਟਕੇ ਨਾਲ ਸਪੀਡ ਘਟਾ ਦਿੱਤੀ ਇਹ ਜਿਹੜੇ ਗੋਰੇ ਆ ਨਾ ਉਹਦੇ ਮੂੰਹ 'ਚੋਂ ਇੱਕ ਮੋਟੀ ਗਾਲ ਨਿਕਲੀ ਇਹ ਤੋਂ ਪਹਿਲਾਂ ਕਿ ਉਹ ਇੱਧਰ ਉੱਧਰ ਭਟਕੇ ਮੈਂ ਫੌਰਨ ਉਹਨੂੰ ਟੋਕਿਆ ਪਹਿਲਾਂ ਸलो ਵਾਕੀਆ ਵਿੱਚੋਂ ਤੇ ਬਾਹਰ ਨਿਕਲੋ ਇੰਗਲੈਂਡ ਪਹੁੰਚਣ ਦਾ ਬੜਾ ਲੰਮਾ ਰਸਤਾ ਬਾਕੀ ਹੈ ਜੀ ਬਚਿੱਤਰ ਨੇ ਇੰਨੀ ਜ਼ੋਰ ਨਾਲ ਠਾਕਾ ਲਾਇਆ ਕਿ ਕਾਰ ਦੇ ਸ਼ੀਸ਼ੇ ਛੰਨ ਛੰਨ ਕਰਨ ਲੱਗ ਪਏ ਨਿਕਲੀਏ ਕਿਵੇਂ ਵੀਰ ਜੀ ਅਗਲੀ ਡੌਂਕੀ ਲੱਗਣ ਤੋਂ ਬਾਅਦ ਅਸੀਂ ਜਦੋਂ ਉੱਥੋਂ ਧੁਰੇ ਤਾਂ ਆਪਣਾ ਕੋਡ ਹੀ ਭੁੱਲ ਗਏ। ਉਹਨੇ ਦੱਸਿਆ ਹੋਇਆ दरअसल ਇਹ ਕਿ ਜਿਸ ਗੱਡੀ 'ਚ ਅਸੀਂ ਸਾਰੇ ਸਵਾਰ ਸਾਂ ਉਹਨੇ ਇੱਕ ਖਾਸ ਥਾਂ ਤੇ ਰੁਕਣਾ ਸੀ। ਉੱਥੇ ਉਤਾਰ ਕੇ ਅਸੀਂ ਦੂਜੀ ਗੱਡੀ 'ਚ ਸਵਾਰ ਹੋਣਾ ਸੀ। ਦੂਜੀ ਗੱਡੀ ਦਾ ਕੋਡ ਅਸੀਂ ਸਮਝ ਨਾ ਸਕੇ। ਕਿਸੇ ਹੋਰ ਹੀ ਗੱਡੀ 'ਚ ਸਵਾਰ ਹੋ ਗਏ। ਪੁਲਿਸ ਉਸ ਗੱਡੀ ਦੇ ਪਿੱਛੇ ਲੱਗੀ ਤੇ ਅਸੀਂ ਫੜੇ ਗਏ। ਸ਼ਾਬਾਸ਼ੇ ਮੈਉਦੀ ਪੇਟ ਖਲੋਸੇਆਂ ਕਿ ਥੈਂਕ ਯੂ ਉਹਨੇ ਵੀ ਬੇਸ਼ਰਮੀ ਨਾਲ ਜਵਾਬ ਦਿੱਤਾ ਪਰ ਉਹ ਸਾਡੀ ਖੁਸ਼ਕਿਸਮਤੀ ਸੀ। ਖੁਸ਼ਕਿਸਮਤੀਯੋਗਵੇਂ ਮੈਂ ਉਹਦੇ ਕਹਿਣ ਦਾ ਭਾਵਨਾ ਸਮਝ ਸਕਿਆ ਸਾਨੂੰ ਜਿਸ ਪੁਲਿਸ ਸਟੇਸ਼ਨ 'ਚ ਰੱਖਿਆ ਉੱਥੇ ਸਾਡੇ ਪੰਜਾਬੀ ਭਾਈਆਂ ਨੇ ਇੱਕ ਬੜਾ ਚੰਗਾ ਕੰਮ ਕੀਤਾ ਹੋਇਆ ਸੀ ਬਚਤ ਨੇ ਗੱਦਗੱਦ ਹੋ ਕੇ ਦੱਸਿਆ ਸਾਡੀ ਨਜ਼ਰ ਜਦੋਂ ਕਮਰੇ ਦੇ ਪਿਛਲੇ ਬੂਏ ਤੇ ਪਈ ਤਾਂ ਵੇਖਿਆ ਕਿ ਉੱਥੇ ਪੰਜਾਬੀ 'ਚ ਲਿਖਿਆ ਹੋਇਆ ਸੀ ਬੂਹਾ ਖੜਕਾਓ ਖਾਣਾ ਖਾਓ ਪਹਿਲਾਂ ਤਾਂ ਸਾਨੂੰ ਹੈਰਾਨੀ ਹੋਈ ਪਰ ਫਿਰ ਅਸੀਂ ਦੋ ਤਿੰਨ ਵਾਰ ਬੂਹਾ ਖੜਕਾਤਾ ਕਰੀਬ ਅੱਧੇ ਘੰਟੇ ਬਾਅਦ ਅਸੀਂ ਵੇਖਿਆ ਬੂਹੇ ਹੇਠ ਕੁਝ ਪੈਕੇਟ ਪਏ ਸਨ ਹੱਥ ਪਾ ਕੇ ਅਸੀਂ ਪੈਕੇਟ ਅੰਦਰ ਖਿੱਚ ਲਏ ਉਹਨਾਂ ਵਿੱਚ ਤਰੰਤਰਾਂ ਦਾ ਖਾਣਾ ਸੀ ਵਾਹ ਜੀ ਵਾਹ ਵੀਰ ਜੀ ਮੈਂ ਜ਼ਿੰਦਗੀ ਭਰ ਉਸ ਖਾਣੇ ਦਾ ਸਵਾਦ ਨਹੀਂ ਭੁੱਲ ਸਕਿਆ ਮੈਂ ਚੁੱਪਚਾਪ ਚਿੱਤਰਵਲ ਵੇਖਦਾ ਰਿਹਾ ਸੱਚੀ ਮੁੱੱਚੀ ਉਸ ਖਾਣੇ ਦਾ ਸਵਾਦ ਕੋਈ ਕਿਵੇਂ ਭੁੱਲ ਸਕਦਾ ਸੀ ਨਾ ਉਹ ਜਾਣਦੇ ਸਨ ਕਿ ਖਾਣੇ ਦੇ ਪੈਕੇਟ ਰੱਖਣ ਵਾਲੇ ਕੌਣ ਸਨ ਤੇ ਨਾ ਰੱਖਣ ਵਾਲੇ ਜਾਣਦੇ ਸੀ ਕਿ ਖਾਣ ਵਾਲੇ ਕੌਣ ਹੋਣਗੇ ਸਿਰਫ ਭੁੱਖ ਸੀ ਜਿਹਨੂੰ ਦੋਵੇਂ ਜਾਣਦੇ ਸੀ ਪੈਕੇਟ ਰੱਖਣ ਵਾਲਿਆਂ ਦਾ ਸਰੂਕਾਰ ਸਿਰਫ ਇੰਨਾ ਸੀ ਕਿ ਇੱਥੇ ਜਿਹੜੇ ਆਉਣਗੇ ਉਹ ਖਾਣੇ ਨੂੰ ਤਰਸ ਰਹੇ ਹੋਣਗੇ ਇਹ ਗੱਲ ਉਹਨਾਂ ਲਈ ਕੋਈ ਮਾਇਨੇ ਨਹੀਂ ਸੀ ਰੱਖਦੀ ਕਿ ਭੁੱਖਿਆਂ ਨੂੰ ਖਾਣਾ ਖਵਾ ਕੇ ਉਹਨਾਂ ਨੂੰ ਕੀ ਮਿਲਣਾ ਹੈ ਅਗਲੇ ਦਿਨ ਪੁਲਿਸ ਸਟੇਸ਼ਨ 'ਚ ਸਾਡੇ ਫਿੰਗਰਪ੍ਰਿੰਟਸ ਲੈਣ ਤੋਂ ਬਾਅਦ ਸਾਨੂੰ ਜੇਲ੍ਹ 'ਚ ਲੈ ਗਏ 72 ਦੱਸ ਰਿਹਾ ਸੀ ਉੱਥੇ ਪਹੁੰਚ ਕੇ ਸਾਨੂੰ ਬੜਾ ਸਕੂਨ ਮਿਲਿਆ ਸਾਨੂੰ ਨਹਾਉਣ ਧੋਣ ਲਈ ਭੇਜਿਆ ਗਿਆ ਪਹਿਨਣ ਲਈ ਕੱਪੜੇ ਲੱਤੇ ਦਿੱਤੇ ਗਏ ਫਿਰ ਡਾਕਟਰੀ ਹੋਈ ਖਾਣਾ ਦਿੱਤਾ ਗਿਆ ਅਸੀਂ ਬੜੇ ਖੁਸ਼ ਸੀ ਕਿ ਭਾਵੇਂ ਜੇਲ੍ਹ ਚ ਆ ਪਰ ਹਾਂ ਤਾਂ ਯੂਰਪ ਦੀ ਜੀ ਤੇ ਜੇਲ੍ਹ ਚੋਂ ਕਿਵੇਂ ਨਿਕਲੇ ਮੈਂ ਹੱਸਦੇ ਆਂ ਪੁੱਛਿਆ ਉੱਥੇ ਤੀਜੇ ਦਿਨ ਏਜੰਟ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਅਗਲੀ ਡੌਂਕੀ ਲਈ ਤਿਆਰ ਰਹੁ ਪਰ ਅਸੀਂ ਕਿਹਾ ਵੀ ਕੁਝ ਦਿਨ ਇੱਥੇ ਹੀ ਰੁਕਾਂਗੇ ਅਸੀਂ ਸੋਚਿਆ ਕਿ ਚੰਗੀ ਤਰ੍ਹਾਂ ਖਾ ਪੀ ਲਈਏ ਸਰੀਰ 'ਚ ਜਾਨ ਆ ਜਾਏ ਤਾਂ ਹੀ ਅੱਗੇ ਜਾਵਾਂਗੇ ਸਲੋ ਵਾਕਿਆ ਬਾਰਡਰ ਪਾਰ ਕਰਨ ਲਈ ਉੱਚੀ ਕੰਧ ਤੇ ਬਿਜਲੀ ਦੀਆਂ ਤਾਰਾਂ ਨੂੰ ਟੱਪਣਾ ਪੈਂਦਾ ਹੈ ਨਾ ਘਾਰ ਫਰ ਫਰ ਚੱਲਦੀ ਰਹੀ ਤੇ ਨਾਲ ਹੀ ਬਚਿੱਤਰ ਦੀ ਕਹਾਣੀ ਵੀ ਸਲੋ ਵਾਕਿਆ ਤੋਂ ਫਰਾਂਸ ਤੱਕ ਦਾ ਕਰੀਬ 1.5 ਹਜ਼ਾਰ ਕਿਲੋਮੀਟਰ ਦਾ ਫਾਸਲਾ ਇਸੇ ਤਰ੍ਹਾਂ ਤੈਅ ਕਰਕੇ ਉਹ ਆਪਣੇ ਆਖਰੀ ਪੜਾ ਕੈਲੇ ਇ ਪਹੁੰਚਿਆ ਜਿੱਥੋਂ ਦੇ ਜੰਗਲ ਵਿੱਚ ਉਹ 10 ਦਿਨ ਲੁਕਿਆ ਰਿਹਾ ਸੀ ਸਾਊਥ ਹੈਮਪਟਨ ਪਹੁੰਚਦੇ ਪਹੁੰਚਦੇ ਦੁਪਹਿਰ ਢਲਣ ਲੱਗੀ ਸੀ ਮੌਸਮ ਖੁੱਲਾ ਸੀ ਇਸ ਲਈ ਹਵਾ 'ਚ ਠੰਡ ਦੀ ਚੋਬ ਮੁਕਾਬਲਤਨ ਘੱਟ ਮਹਿਸੂਸ ਹੋ ਰਹੀ ਸੀ ਚੱਕਰਦਾਰ ਰਸਤੇ ਤੇ ਹੀਟਾਂ ਉੱਪਰ ਹੁੰਦੇ ਹੋਏ 77 ਨੇ ਕਾਰ ਉਸ ਜਗ੍ਹਾ ਰੁਕੀ ਜਿਹੜੀ ਜਿਵੇਂ ਕਿਸੇ ਝੂਲੇ ਵਾਂਗ ਅਸਮਾਨ ਚਟਕੀ ਹੋਈ ਸੀ ਯੂਕੇ ਦਾ ਇਹ ਦੱਖਣੀ ਕਿਨਾਰਾ ਸੀ ਲੰਡਨ ਤੋਂ ਕਰੀਬ 90 ਕਿਲੋਮੀਟਰ ਤੇ ਪ੍ਰਮੁੱਖ ਫੇਰੀ ਪੋਰਟ ਸੀ ਮੈਂ ਇੰਗਲੈਂਡ ਦੀ ਆਖਰੀ ਹੱਦ ਤੇ ਖੜ੍ਹਾ ਸਾਂ ਤੇ ਫ੍ਰਾਂਸੀਸੀ ਸੀਮਾ ਸਾਹਮਣੇ ਵਿਖਾਈ ਦੇ ਰਹੀ ਸੀ ਦੋਹਾਂ ਵਿਚਕਾਰ ਮਤਮ ਗਤੀ ਨਾਲ ਵਹਿ ਰਹੀ ਇੰਗਲਿਸ਼ ਚੈਨਲ ਦੀ ਧਾਰਾ ਸੀ ਨੀਲੇ ਰੰਗ ਦੇ ਉਸ ਪ੍ਰਵਾਹ 'ਚ ਸੁਨਹਿਰੀ ਲਹਿਰਾਂ ਜੱਗ ਬੁਝ ਰਹੀਆਂ ਸਨ ਉੱਛਲ-ਉੱਛਲ ਕੇ ਡੁਬਕੀਆਂ ਲਾ ਰਹੀਆਂ ਸਨ ਚੈਨਲ ਦੇ ਇਸ ਪਾਸੇ ਇੰਗਲੈਂਡ ਦੀ ਸਰਹੱਦ ਨਾਲ ਲੱਗਦਾ ਡੋਵਰ ਦਿਖਾਈ ਦੇ ਰਿਹਾ ਸੀ ਚੈਨਲ ਦੇ ਦੂਜੇ ਪਾਸੇ ਕੈਲੇ ਜੋ ਫਰਾਂਸ ਦੀ ਹੱਦ 'ਚ ਪੈਂਦਾ ਸੀ ਤੇ ਕੈਲੇ ਫਰਾਂਸੀਸੀ ਤੱਟ ਤੇ ਵਸਿਆ ਸ਼ਹਿਰ ਹੈ ਤੇ ਡੋਵਰ ਇੰਗਲੈਂਡ ਦੇ ਤੱਟ ਨਾਲ ਲੱਗਦਾ ਕਸਬਾ ਜੋ ਕੈਂਟ 'ਚ ਪੈਂਦਾ ਹੈ ਨਦੀ ਦੀ ਇੱਕ ਪਤਲੀ ਧਾਰਾ ਇਹਨਾਂ ਦੋਹਾਂ ਨੂੰ ਆਪਸ 'ਚ ਜੋੜਦੀ ਹੈ ਦਰਅਸਲ ਇੰਗਲਿਸ਼ ਚੈਨਲ ਦਾ ਹੀ ਸਭ ਤੋਂ ਤੰਗ ਹਿੱਸਾ ਹੈ ਇੰਨੀ ਉਚਾਈ ਤੋਂ ਦੋਹਾਂ ਵਿਚਲੀ ਦੂਰੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਕੈਲੇ ਤੇ ਡੋਵਰ ਦੀ ਦੂਰੀ ਲਗਭਗ 40 ਕਿਲੋਮੀਟਰ ਹੈ ਬਚਿੱਤਰ ਵਰਗੇ ਜਾਂਬਾਜ਼ ਗੈਰ ਕਾਨੂੰਨੀ ਢੰਗ ਨਾਲ ਇੰਗਲੈਂਡ ਤੋਂ ਵੜਨ ਲਈ ਇੰਗਲਿਸ਼ ਚੈਨਲ ਦੀ ਇਸੇ ਤੰਗ ਧਾਰਾ ਦੀ ਵਰਤੋਂ ਕਰਦੇ ਸਨ ਉਹ ਉੱਥੇ ਗਏ ਬਚਿੱਤਰ ਨੇ ਚੈਨਲ ਦੇ ਪਾਰ ਇਸ਼ਾਰਾ ਕਰਦੇ ਦੱਸਿਆ ਕੈਲੇ ਫਰਾਂਸ ਦਾ ਸਭ ਤੋਂ ਨੇੜਲਾ ਸ਼ਹਿਰ ਸੀ ਇਸ ਲਈ ਇੰਗਲੈਂਡ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੁਸਪੈਟ ਕਰਨ ਵਾਲਿਆਂ ਦਾ ਇਹ ਆਖਰੀ ਪੜਾ ਸੀ ਵੱਖ-ਵੱਖ ਰਸਤਿਆਂ ਤੇ ਦੇਸ਼ਾਂ ਤੋਂ ਹੁੰਦੇ ਹੋਏ ਉਹ ਕੈਲੇ ਜਾ ਕੇ ਡੇਰਾ ਲਾਉਂਦੇ ਸਨ ਕੈਲੇ ਜਿਹਨੂੰ ਹੁਣ ਜੰਗਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਹੁਣ ਇਹੀ ਨਾਮ ਉਹਦੀ ਪਛਾਣ ਬਣ ਗਿਆ ਸੀ ਦ ਜੰਗਲ ਇੱਕ ਖਤਰਨਾਕ ਜਗ੍ਹਾ ਬਣ ਚੁੱਕੀ ਸੀ ਇੱਕ ਸਮਾਂ ਸੀ ਜਦੋਂ ਕੈਲੇ ਫਰਾਂਸੀਸੀਆਂ ਦੀ ਮਨਪਸੰਦ ਜਗ੍ਹਾ ਸੀ ਮੁੱਖ ਸ਼ਹਿਰ ਤੇ ਬੰਦਰਗਾਹ ਵਿਚਲਾ ਹਰਾ ਭਰਾ ਵਿਸਥਾਰ ਚਾਰੇ ਪਾਸੇ ਸੰਗਣੇ ਦਰਖਤ ਸਰਸਰ ਕਰਦੀ ਹਵਾ ਤੇ ਸਮੁੰਦਰ ਦਾ ਕਿਨਾਰਾ ਸ਼ਹਿਰ ਦੀ ਭੱਜ ਦੌੜ ਤੋਂ ਅੱਕੇ ਲੋਕ ਅਕਸਰ ਛੁੱਟੀ ਦਾ ਦਿਨ ਬਤਾਉਣ ਪਿਕਨਿਕ ਮਨਾਉਣ ਤੇ ਮਨੋਰੰਜਨ ਲਈ ਇੱਥੇ ਆਉਂਦੇ ਸਨ ਪਰ ਹੁਣ ਕਹਿ ਲਈ ਉਹਨਾਂ ਲਈ ਨੋ-ਗੋ ਜ਼ੋਨ ਬਣ ਚੁੱਕਾ ਸੀ ਜੰਗਲ ਵਿੱਚ ਕੁਸ ਬੈਠੀਏ ਸੈਂਕੜਿਆਂ ਦੀ ਗਿਣਤੀ ਚ ਛੁਪੇ ਰਹਿੰਦੇ ਸਨ ਮੀਂਹ ਚ ਭਿੱਜਦੇ ਸੀ ਤੇ ਠੰਡ ਚ ਭੁੱਖੇ ਪੇਟ ਦਿਨ ਰਾਤ گزارਦੇ ਭਾਰਤ ਪਾਕਿਸਤਾਨ ਬੰਗਲਾਦੇਸ਼ ਨੇਪਾਲ ਅਫਗਾਨਿਸਤਾਨ ਈਰਾਨ ਹਰ ਦੇਸ਼ ਦੇ ਲੋਕ ਉਹਨਾਂ ਚ ਸ਼ਾਮਲ ਸਨ ਤੇ ਆਪਣੀ ਦੇਸ਼ ਦੀ ਪਛਾਣ ਅਨੁਸਾਰੀ ਉਹਨਾਂ ਦੇ ਅੱਡ ਅੱਡ ਗੁੱਟ ਵੀ ਬਣੇ ਹੋਏ ਸਨ ਅਫਗਾਨਿਸਤਾਨੀਆਂ ਦਾ ਉਹਨਾਂ ਤੇ ਦਬਦਬਾ ਸੀ ਤੇ ਦੂਜੇ ਗੁੱਟਾਂ ਨਾਲ ਉਹਨਾਂ ਦੀਆਂ ਅਕਸਰ ਝੜਪਾਂ ਵੀ ਹੁੰਦੀਆਂ ਰਹਿੰਦੀਆਂ ਰੈੱਡ ਕਰਾਸ ਤੇ ਕੁਝ ਹੋਰ ਦਾਨੀ ادارے ਕੈਲੇਜ ਸਰਗਰਮ ਸਨ ਉਹਨਾਂ ਦਾ ਉਦੇਸ਼ ਮਨੁੱਖੀ ਆਧਾਰ ਉੱਤੇ ਭੁੱਖਿਆਂ ਨੂੰ ਖਾਣਾ ਦੇਣਾ ਤੇ ਜ਼ਖਮੀਆਂ ਦਾ ਇਲਾਜ ਕਰਨਾ ਸੀ ਕੁਝ ਬੈਠੀਆਂ ਲਈ ਬੜੀ ਵੱਡੀ ਰਾਹਤ ਵਾਲੀ ਗੱਲ ਸੀ ਖਾਣਾ ਖਾਣ ਲਈ ਉਹ ਜੰਗਲ ਚੋਂ ਨਿਕਲ ਕੇ ਉੱਥੇ ਆ ਜਾਂਦੇ ਢਿੱਡ ਭਰ ਖਾਣ ਤੋਂ ਬਾਅਦ ਫਿਰ ਜੰਗਲ ਵਿੱਚ ਲੋਪ ਹੋ ਜਾਂਦੇ